ਤੁਹਾਡਾ ਸਾਰਿਆਂ ਦਾ ਟਰਬਲ ਲਵਰ ਯੂਟਿਊਬ ਚੈਨਲ ਉੱਤੇ ਸਵਾਗਤ ਹੈ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਨਾਲ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ ਤਾਂ ਜੋ ਨਵੇਂ ਅਪਡੇਟ ਦੇ ਤੁਹਾਨੂੰ ਨੋਟੀਫਿਕੇਸ਼ਨ ਮਿਲਦੇ ਰਹਿਣ। ਸਤਿ ਸ਼੍ਰੀ ਅਕਾਲ ਜੀ ਕੀ ਫਤਿਹ। ਯੂਟਿਊਬ ਚੈਨਲ ਦੇਖ ਰਹੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ। ਬਹੁਤ ਵੀਰਾਂ ਦੀ ਡਿਮਾਂਡ 'ਤੇ ਅੰਮ੍ਰਿਤਸਰ ਸ਼ਾਹੀ ਪੱਗ ਦੀ ਵੀਡੀਓ ਹੈ ਜੋ ਇਹ ਲੈ ਕੇ ਆਏ ਹਾਂ। ਆਪ ਜੀ ਨੇ ਪਹਿਲਾ ਲੜ ਦੇਖ ਰਿਹਾ ਜੀ ਕਿ ਕਿਸ ਤਰ੍ਹਾਂ ਸਿਰ ਦੇ ਸੈਂਟਰ ਵਿੱਚੋਂ ਲਿਆਇਆ ਗਿਆ ਅਤੇ ਅੱਧੀ ਅੱਖ ਅੱਧੀ ਗੱਲ ਢੱਕ ਕੇ ਉਸਨੂੰ ਲਗਾ ਦਿੱਤਾ ਗਿਆ। ਇਹ ਪੱਗ ਬੰਨਣ ਦੇ ਵਿੱਚ ਜਿਨ੍ਹਾਂ ਵੀਰਾਂ ਨੂੰ ਬਹੁਤ ਸਾਰੀ ਪ੍ਰੋਬਲਮ ਕ੍ਰੀਏਟ ਹੋ ਰਹੀ ਸੀਗੀ, ਉਹ ਅੱਜ ਜਿਹੜੀ ਪ੍ਰੋਬਲਮ ਆ ਉਹ ਦੂਰ ਕਰਨ ਦੇ ਲਈ ਕਿ ਇੱਕ ਪੇਚ ਦੇ ਵਿੱਚੋਂ ਦੋ ਪੇਚ ਨੇ ਜਿਹੜੇ ਉਹ ਕਿਸ ਤਰ੍ਹਾਂ ਬਣਾਏ ਜਾਂਦੇ ਹਨ, ਉਹ ਪ੍ਰੋਬਲਮ ਆ ਜੋ ਉਸਨੂੰ ਦੂਰ ਕਰਨ ਦੇ ਲਈ ਅਸੀਂ ਇਹ ਵੀਡੀਓ ਲੈ ਕੇ ਹਾਜ਼ਰ ਹੋਇਆ। ਦੋ ਲੜ ਬਣਾਉਣ ਦਾ ਤਰੀਕਾ ਬਹੁਤ ਸਿੰਪਲ ਦਿਖਾਇਆ ਗਿਆ ਜੀ। ਜਿਸ ਤਰ੍ਹਾਂ ਆਪ ਜੀ ਸੈਮੀ ਪਟਿਆਲਾ ਪੱਗ ਬੰਨਦੇ ਹੋ ਉਸੇ ਤਰ੍ਹਾਂ ਹੀ ਇਸਦੀ ਸ਼ੇਪ ਆ ਜੋ ਰੱਖਣੀ ਹੈ। ਅਤੇ ਇਹ ਦੋ ਜਿਹੜੇ ਲੜ ਨੇ ਬਣਾਉਣ ਦਾ ਤਰੀਕਾ ਬਹੁਤ ਸਿੰਪਲ ਆ। ਜਿਸ ਤਰ੍ਹਾਂ ਵੀਡੀਓ ਦੇ ਵਿੱਚ ਪਹਿਲਾਂ ਵੀਰ ਨੇ ਦਿਖਾਇਆ ਆਪ ਜੀ ਨੂੰ ਕਿ ਉਂਗਲੀ ਦੀ ਸਹਾਇਤਾ ਦੇ ਨਾਲ ਜਿਹੜਾ ਲੜ ਦੇ ਵਿੱਚ ਡੂੰਘਾ ਉਹ ਪਾ ਕੇ ਉਹ ਕੱਪੜਾ ਅੱਗੇ ਨੂੰ ਲਿਆਇਆ ਗਿਆ ਅਤੇ ਉਸਨੂੰ ਥੱਲਿਓਂ ਜਿਹੜਾ ਪੂਣੀ ਦਾ ਅੱਧਾ ਕੱਪੜਾ ਰਹਿ ਚੁੱਕਿਆ ਸੀਗਾ ਉਹਨੂੰ ਵੀ ਫੋਲਡ ਕਰਕੇ ਇਕੱਠਾ ਕਰਕੇ ਉਸ ਲੜ ਨੂੰ ਲਗਾ ਦਿੱਤਾ ਗਿਆ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ। ਉਸ ਤੋਂ ਬਾਅਦ ਦੇ ਵਿੱਚ ਬਾਜ ਦੀ ਸਹਾਇਤਾ ਦੇ ਨਾਲ ਉਸ ਦੇ ਵਿੱਚ ਉਸ ਲੜ ਦੇ ਵਿੱਚ ਪੂਰੀ ਚੰਗੀ ਤਰ੍ਹਾਂ ਦੇ ਨਾਲ ਸਫਾਈ ਕੀਤੀ ਗਈ ਆ। ਉਸ ਤੋਂ ਅਗਲਾ ਲੜ ਆ ਜੋ ਜਿਸ ਤਰ੍ਹਾਂ ਆਪਾਂ ਪਟਿਆਲਾ ਸ਼ਹੀ ਪੱਗ ਆ ਜੋ ਬੰਨਦੇ ਹਾਂ ਉਹ ਉਸੇ ਤਰ੍ਹਾਂ ਹੀ ਲੈ ਕੇ ਆਉਣਾ ਹੈ। ਜਿਹੜਾ ਇੱਕ ਲੜ ਦੇ ਦੋ ਲੜ ਬਣਾਉਣੇ ਨੇ ਉਹਦਾ ਤਰੀਕਾ ਸੇਮ ਉਹੀ ਰੱਖਣਾ, ਉਂਗਲੀ ਅੰਗੂਠੇ ਦੀ ਸਹਾਇਤਾ ਦੇ ਨਾਲ ਉਹ ਜਿਹੜਾ ਲੜ ਆ ਆਪਾਂ ਨੇ ਬਣਾ ਲੈਣਾ। ਜਿਸ ਤਰ੍ਹਾਂ ਆਪ ਜੀ ਦੇਖ ਰਹੇ ਹੋ ਕਿ ਅੰਗੂਠੇ ਦੀ ਸਹਾਇਤਾ ਦੇ ਨਾਲ ਉਹ ਇੱਕ ਹੋਰ ਲੜਾ ਜੋ ਉਹ ਬਣਾਇਆ ਜਾ ਰਿਹਾ। ਉਸ ਤੋਂ ਬਾਅਦ ਦੇ ਵਿੱਚ ਬਾਜ ਦੀ ਸਹਾਇਤਾ ਨਾਲ ਉਸ ਲੜ ਦੇ ਵਿੱਚ ਸਫਾਈ ਕੀਤੀ ਜਾ ਰਹੀ ਆ ਜਿਸ ਤਰ੍ਹਾਂ ਆਪ ਜੀ ਦੇਖ ਰਹੇ ਹੋ ਵੀਡੀਓ ਦੇ ਵਿੱਚ। ਇਸ ਪੱਗ ਦੀ ਵੀਰੇ ਜਿਹੜੀ ਸ਼ੇਪ ਆ ਉਹ ਸੈਮੀ ਪਟਿਆਲਾ ਸ਼ੇਪ ਹੈ। ਅਤੇ ਬਾਕੀ ਵੀਰੇ ਸਾਨੂੰ ਤੁਹਾਡੇ ਲਾਈਕ ਕਮੈਂਟ ਸ਼ੇਅਰ ਔਰ ਸਬਸਕ੍ਰਾਈਬ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਕਿਰਪਾ ਕਰਕੇ ਜਿਹੜੇ ਵੀਰ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਨ ਅਤੇ ਵੀਡੀਓ ਅਗਰ ਪਸੰਦ ਆਉਂਦੀ ਹੈ ਆਪ ਜੀ ਨੂੰ ਉਹਨੂੰ ਲਾਈਕ ਕਰਨ, ਸ਼ੇਅਰ ਕਰਨ, ਕਮੈਂਟ ਕਰਨ। ਉਸ ਤੋਂ ਬਾਅਦ ਦੇ ਵਿੱਚ ਅਗਲਾ ਲੜਾ ਜੋ ਉਸੇ ਤਰ੍ਹਾਂ ਹੀ ਲਗਾਉਣਾ, ਪਹਿਲੇ ਲੜ ਤੋਂ ਥੋੜ੍ਹਾ ਜਿਹਾ ਨੀਵਾਂ ਰੱਖ ਕੇ ਲਗਾ ਦੇਣਾ। ਉਂਗਲੀਆਂ ਦੀ ਸਹਾਇਤਾ ਨਾਲ ਇਸ ਲੜ ਨੂੰ ਉੱਪਰੋਂ ਆ ਜੋ ਗੋਲ ਕਰ ਲੈਣਾ ਅਤੇ ਤਰੀਕਾ ਉਹੀ ਆ ਜੀ ਦੋ ਲੜ ਬਣਾਉਣ ਦਾ। ਅੰਗੂਠੇ ਦੀ ਸਹਾਇਤਾ ਦੇ ਨਾਲ ਲੜ ਦੇ ਵਿੱਚ ਡੂੰਘਾ ਜਿਹੜਾ ਕੱਪੜਾ ਉੱਪਰੋਂ ਖਿੱਚਿਆ ਜਾ ਰਿਹਾ। ਅਤੇ ਇਸ ਨੂੰ ਬਹੁਤ ਜ਼ਿਆਦਾ ਡੂੰਘਾ ਕੀਤਾ ਜਾ ਰਿਹਾ ਤਾਂ ਜੋ ਇਹ ਇਸਦੀ ਮੋਟਾਈ ਆ ਥੋੜ੍ਹੀ ਜਿਹੀ ਜ਼ਿਆਦਾ ਹੋ ਜਾਵੇ। ਅਤੇ ਬਾਕੀ ਜਿਹੜਾ ਥੱਲੇ ਕੱਪੜਾ ਰਹਿ ਗਿਆ ਆ ਉਸ ਨੂੰ ਵੀ ਆਪਾਂ ਅੰਗੂਠੇ ਦੀ ਸਹਾਇਤਾ ਨਾਲ ਫੋਲਡ ਕਰਕੇ ਲਗਾ ਦਿੱਤਾ।
ਇਸ ਪੱਗ ਨੂੰ ਬੰਨਣ ਦਾ ਤਰੀਕਾ ਬਹੁਤ ਹੀ ਆਸਾਨ ਆਪ ਜੀ ਨੂੰ ਦੱਸਿਆ ਜਾ ਰਿਹਾ। ਬਾਜ ਦੀ ਸਤਹ ਨਾਲ ਪਿੱਚਾਂ ਨੂੰ ਮੋਟੇ ਕਰ ਦੇਣਾ ਜੀ, ਅਤੇ ਜਿਹੜੀ ਨੋਕ ਤੋਂ ਪੇਚਾਂ ਦੇ ਵਿੱਚ ਜਿਹੜਾ ਡਿਸਟੈਂਸ ਆ ਉਹ ਆਪ ਜੀ ਨੇ ਦੇਖ ਹੀ ਲਿਆ ਆ ਕਿ ਪੂਰਾ ਘੱਟ ਆ ਅਤੇ ਪਿੱਛੇ ਆ ਕੇ ਜਿਹੜਾ ਪੇਚਾਂ ਦਾ ਡਿਸਟੈਂਸ ਆ ਉਹ ਵੱਧ ਆ। ਇਸ ਤਰ੍ਹਾਂ ਆਪ ਜੀ ਨੇ ਇਹ ਲਾੜਾ ਜੋ ਲਗਾ ਰਿਹਾ ਜੀ। ਅਤੇ ਨੋਕ ਤੋਂ ਜਿਹੜੀ ਨੋਕ ਬਣਾਈ ਆ ਆਪਾਂ ਨੇ ਉਹਨੂੰ ਅੰਗੂਠੇ ਦੀ ਸਹਾਇਤਾ ਨਾਲ ਘੁੱਟ ਦੇਣਾ। ਉਸ ਤੋਂ ਬਾਅਦ ਦੇ ਵਿੱਚ ਅਗਲਾ ਲੜ ਪਿੱਛਿਓਂ ਘੁੱਟ ਕੇ ਲਗਾ ਦੇਣਾ। ਇਹ ਲੜ ਜਿਸ ਤਰ੍ਹਾਂ ਆਪਾਂ ਪਟਿਆਲਾ ਸ਼ਾਹੀ ਪੱਗ ਦੇ ਲੜ ਲਗਾਉਂਦੇ ਹਾਂ, ਇੱਧਰਲੇ ਲੜ ਉਸੇ ਤਰ੍ਹਾਂ ਹੀ ਲਗਾਉਣੇ ਨੇ। ਅਤੇ ਦੂਸਰੇ ਲੜ ਨੇ ਜੋ ਉਹਨਾਂ ਦੇ ਆਪਾਂ ਇੱਕ ਲੜ ਦੇ ਦੋ ਲੜ ਬਣਾਉਣੇ ਨੇ, ਆਪਾਂ ਜਿਸ ਨੂੰ ਅੰਮ੍ਰਿਤਸਰ ਸ਼ਾਹੀ ਪੱਗ ਜਿਹੜੀ ਆ ਕਹਿ ਦਿੰਦੇ ਹਾਂ। ਫਿਰ ਉਹੀ ਤਰੀਕਾ ਆਪਾਂ ਵਰਤਾਂਗੇ, ਅੰਗੂਠੇ ਦੀ ਸਹਾਇਤਾ ਨਾਲ ਜਿਹੜਾ ਕੱਪੜਾ ਉਹ ਖਿੱਚ ਲੈਣਾ ਅਤੇ ਉਸਦੇ ਵਿੱਚ ਡੂੰਘਾ ਜੋ ਆਪਾਂ ਪਾ ਲੈਣਾ, ਡੂੰਘਾਈ ਕਰ ਦੇਣੀ ਆ ਉਹਦੇ ਵਿੱਚ, ਤਾਂ ਜੋ ਇੱਕ ਲੜ ਦਾ ਦੂਸਰੇ ਲੜ ਦੇ ਵਿੱਚ ਆ ਜਾਵੇ। ਅਤੇ ਬਾਕੀ ਜਿਹੜਾ ਥੱਲੇ ਕੱਪੜਾ ਰਹਿ ਚੁੱਕਿਆ ਉਹਨੂੰ ਵੀ ਅੰਗੂਠੇ ਦੇ ਨਾਲ ਆਪਾਂ ਅੰਦਰ ਨੂੰ ਫੋਲਡ ਕਰ ਦਿੱਤਾ। ਇਸ ਤਰ੍ਹਾਂ ਜੋ ਇੱਕ ਲੜ ਦੇ ਦੋ ਲੜ ਨੇ ਉਹ ਬਣ ਚੁੱਕੇ ਨੇ। ਚੰਗੀ ਤਰ੍ਹਾਂ ਬਾਜ ਦੇ ਨਾਲ ਸਫਾਈ ਕਰ ਲੈਣੀ ਆ। ਅਤੇ ਇੱਕ ਗੱਲ ਆ, ਜੋ ਇਸ ਜਿਹੜਾ ਆਪਾਂ ਲੜ ਲਗਾਇਆ ਇਹਦਾ ਜਿਹੜਾ ਪਤਲਾ ਪਾਸਾ ਪੁਣੀ ਦਾ ਉਹ ਹੇਠਲੇ ਪਾਸੇ ਵੱਲ ਰੱਖਿਆ ਗਿਆ ਅਤੇ ਮੋਟਾ ਪਾਸਾ ਉਹ ਉੱਪਰਲੇ ਪਾਸੇ ਵੱਲ ਰੱਖਿਆ ਗਿਆ। ਇਸ ਗੱਲ ਦਾ ਖਾਸ ਧਿਆਨ ਰੱਖ ਲਿਆ ਜਾਵੇ। ਪੱਗ ਦੀ ਸ਼ੇਪ ਆ ਜੋ ਉਹ ਸੈਮੀ ਪਟਿਆਲਾ ਦੀ ਹੈ ਜੀ। ਨੋਕ ਤੋਂ ਅੰਗੂਠੇ ਦੀ ਸਹਾਇਤਾ ਨਾਲ ਉਹਨੂੰ ਘੁੱਟ ਦੇਣਾ। ਉਸ ਤੋਂ ਬਾਅਦ ਦੇ ਵਿੱਚ ਜੋ ਅਗਲਾ ਲੜਾ ਉਹ ਲਗਾ ਦੇਣਾ ਪਿੱਛੋਂ ਘੁੱਟ ਕੇ, ਜਿਹੜਾ ਆਪਾਂ ਪਹਿਲਾ ਲੜ ਲਗਾਇਆ ਸੀਗਾ ਉਹ ਤੋਂ ਥੋੜ੍ਹਾ ਜਿਹਾ ਨੀਵਾਂ ਰੱਖ ਕੇ ਇਸ ਲੜ ਨੂੰ ਲਗਾ ਦੇਣਾ। ਉੱਪਰੋਂ ਉਂਗਲੀਆਂ ਦੀ ਸਹਾਇਤਾ ਦੇ ਨਾਲ ਇਸ ਲੜ ਨੂੰ ਗੋਲ ਕਰ ਦੇਣਾ। ਅਤੇ ਇਹ ਲੜ ਦੇ ਵਿੱਚ ਆਪਾਂ ਡਬਲ ਲੜ ਜੇ ਆਪ ਜੀ ਬਣਾਉਣਾ ਚਾਹੁੰਦੇ ਹੋ ਤਾਂ ਬਣਾ ਸਕਦੇ ਹੋ, ਬਟ ਇਸ ਲੜ ਦੇ ਵਿੱਚ ਅਸੀਂ ਡਬਲ ਲੜ ਇੱਕ ਦੇ ਦੋ ਲੜ ਨੇ ਜਿਹੜੇ ਉਹ ਨਹੀਂ ਬਣਾਏ, ਇਹ ਲੜ ਸਿੰਗਲ ਹੀ ਲਗਾ ਦਿੱਤਾ ਗਿਆ ਜੀ। ਅਤੇ ਇਹ ਲੜਾ ਜੋ ਆਪਾਂ ਸਿੰਪਲ ਪਟਿਆਲਾ ਸ਼ਾਹੀ ਪੱਗ ਆ ਜੋ ਜਿਹਦੇ ਵਿੱਚ ਆਪਾਂ ਇਹ ਲੜ ਲਗਾਉਂਦੇ ਹਾਂ, ਇਹ ਇਸ ਲੜ ਨੂੰ ਉਸੇ ਤਰ੍ਹਾਂ ਹੀ ਲਗਾ ਦੇਣਾ ਜੀ। ਉਸੇ ਤਰ੍ਹਾਂ ਲਗਾ ਕੇ ਜਿਹੜਾ ਆਪਾਂ ਹੁਣ ਲਾਸਟ ਲੜ ਆ ਉਹ ਵੀ ਲਗਾਵਾਂਗੇ। ਪਹਿਲਾਂ ਪੱਗ ਦੇ ਵਿੱਚ ਸਫਾਈ ਆ ਜੋ ਬਾਜ ਦੀ ਸਤ ਨਾਲ ਉਹ ਕਰ ਲਈਏ।
ਆਜ ਦੇ ਨਾਲ ਚੰਗੀ ਤਰ੍ਹਾਂ ਇਸ ਦੀ ਸੈਟਿੰਗ ਹੈ ਜੋ ਕਰ ਲੈਣੀ ਹੈ। ਪੇਚਾਂ ਦੇ ਵਿੱਚ ਜਿਹੜਾ ਡਿਸਟੈਂਸ ਆ ਉਹ ਘਟਾ ਦੇਣਾ, ਅਤੇ ਜੇ ਕੋਈ ਪੇਚ ਪਤਲਾ ਰਹਿ ਚੁੱਕਿਆ ਆ ਉਸਨੂੰ ਵੀ ਆਪਾਂ ਬਾਜ ਦੀ ਸਹਾਇਤਾ ਨਾਲ ਮੋਟਾ ਕਰ ਸਕਦੇ ਹਾਂ। ਜਿਸ ਤਰ੍ਹਾਂ ਵੀਡੀਓ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਜਿਹੜਾ ਵੀਰ ਪੱਗ ਬੰਨ ਰਿਹਾ, ਬਹੁਤ ਸੋਹਣੀ ਸੁੰਦਰ ਦਸਤਾਰ ਆ ਜੋ ਵੀਰ ਨੇ ਸਜਾਈ ਆ, ਆਪ ਜੀ ਦੇਖ ਹੀ ਰਹੇ ਹੋਵੋਗੇ। ਬਾਜ ਦੀ ਸਹਾਇਤਾ ਨਾਲ ਪੇਚਾਂ ਨੂੰ ਮੋਟੇ ਕਰ ਦੇਣਾ ਹੈ। ਚੰਗੀ ਤਰ੍ਹਾਂ ਇਹਨਾਂ ਦੇ ਵਿੱਚ ਸਫਾਈ ਆ ਜੋ ਕਰ ਲੈਣੀ ਆ। ਜਿਹੜਾ ਬਾਜ ਆ ਵੀਰੇ ਉਹ ਆਪ ਜੀ ਨੇ ਪੂਰਾ ਪਿੱਛੇ ਤੱਕ ਮਾਰਨਾ ਜੀ, ਤਾਂ ਜੋ ਪੇਚ ਦੀ ਜੋ ਸਫਾਈ ਆ ਉਹ ਪਿੱਛੇ ਤੱਕ ਹੋ ਜਾਵੇ। ਦੂਸਰੀ ਸਾਈਡ ਜਿਹੜੇ ਲੜ ਲਗਾਏ ਨੇ ਉਹਨਾਂ ਦੇ ਵਿੱਚ ਵੀ ਬਾਜ ਆਪਾਂ ਫੇਰ ਸਕਦੇ ਹਾਂ, ਤਾਂ ਜੋ ਉਹਨਾਂ ਦੇ ਵਿੱਚ ਵੀ ਪੂਰੀ ਚੰਗੀ ਤਰ੍ਹਾਂ ਸਫਾਈ ਆ ਜੋ ਹੋ ਜਾਵੇ। ਉਸ ਤੋਂ ਬਾਅਦ ਦੇ ਵਿੱਚ ਜਿਹੜਾ ਆਪਾਂ ਲਾਸਟ ਲਾੜਾ ਉਹ ਲਗਾਉਣਾ ਜੀ। ਇਸ ਦੇ ਵਿੱਚ ਬਹੁਤ ਹੀ ਇਹ ਸਿੰਪਲ ਤਰੀਕਾ, ਇਸ ਨੂੰ ਜਿਹੜੀ ਪੌਣੀ ਆ ਉਹ ਖੋਲ੍ਹ ਲੈਣੀ ਹੈ ਚੰਗੀ ਤਰੀਕੇ ਨਾਲ, ਅਤੇ ਖੋਲ੍ਹ ਕੇ ਜਿਸ ਤਰ੍ਹਾਂ ਵੀਰ ਨੇ ਇਹ ਲੜ ਲਗਾਇਆ ਆਪ ਜੀ ਉਸੇ ਤਰੀਕੇ ਨਾਲ ਲਗਾ ਸਕਦੇ ਹੋ। ਇਸ ਵਿੱਚ ਸਫਾਈ ਕਰ ਲੈਣੀ ਹੈ ਜਿਸ ਤਰ੍ਹਾਂ ਵੀਰ ਨੇ ਪੂਰੇ ਲੜ ਦੇ ਵਿੱਚ ਸਫਾਈ ਆ ਜੋ ਕਰ ਲਈ ਆ। ਇਸ ਨੂੰ ਉੱਪਰੋਂ ਵੀ ਬਾਜ ਦੀ ਸਹਾਇਤਾ ਨਾਲ, ਉੱਪਰ ਜਿਹੜੇ ਵੱਟ ਬਣੇ ਹੋਏ ਸੀਗੇ ਉਹ ਵੀ ਵੀਰ ਨੇ ਬਾਜ ਦੀ ਸਹਾਇਤਾ ਨਾਲ ਕੱਢ ਦਿੱਤੇ ਨੇ। ਇਹ ਜੋ ਵੀਰ ਨੇ ਜਿਸ ਤਰ੍ਹਾਂ ਮੋੜ ਕੇ ਲੜ ਲਗਾਇਆ, ਆਪ ਜੀ ਨੇ ਦੇਖਿਆ ਹੈ ਕਿ ਪੱਗ ਪੈਣ ਦੀ ਵਰਤੋਂ ਜੋ ਬਾਅਦ ਦੇ ਵਿੱਚ ਕੀਤੀ ਗਈ ਹੈ, ਮੋੜਨ ਤੋਂ ਬਾਅਦ ਕੀਤੀ ਗਈ ਆ, ਆਪ ਜੀ ਇਸ ਤਰ੍ਹਾਂ ਵੀ ਜੋ ਪੱਗ ਪੈਣ ਦੀ ਵਰਤੋਂ ਆ ਉਹ ਆਪ ਜੀ ਕਰ ਸਕਦੇ ਹਾਂ। ਇੱਕ ਵਾਰੀ ਫੇਰ ਆਪ ਜੀ ਨੂੰ ਦਿਖਾਇਆ ਜਾ ਰਿਹਾ ਪੱਗ ਪੈਣ ਦੀ ਵਰਤੋਂ ਆ ਜੋ ਉਹ ਆਪਾਂ ਕਿਸ ਤਰ੍ਹਾਂ ਬਾਅਦ ਦੇ ਵਿੱਚ ਜਿਹੜੇ ਵੀਰ ਕਰਦੇ ਨੇ ਉਹ ਕਿਸ ਤਰ੍ਹਾਂ ਕਰਨੀ ਆ। ਵੀਰ ਨੇ ਹੁਣ ਪੱਗ ਪਹਿਨਾ ਜੋ ਲਗਾ ਦਿੱਤਾ ਗਿਆ। ਇਸ ਤਰ੍ਹਾਂ ਆਪਾਂ ਜਿਹੜਾ ਲਾਸਟ ਲੜਾ ਉਹ ਲਗਾ ਦੇਣਾ, ਬਾਕੀ ਜੋ ਕੱਪੜਾ ਰਹਿ ਜਾਂਦਾ ਉਸਨੂੰ ਵਿੱਚ ਦੇ ਦੇਣਾ ਸਾਈਡਾਂ ਦੇ ਵਿੱਚ। ਉਸ ਤੋਂ ਬਾਅਦ ਦੇ ਵਿੱਚ ਜਿਹੜਾ ਆਪਾਂ ਸਿਰ ਢੱਕਣਾ ਜਿਹੜਾ ਪਹਿਲਾਂ ਲੜ ਲਗਾਇਆ ਸੀਗਾ ਉਸਨੂੰ ਖਿੱਚ ਲੈਣਾ, ਜਿਹੜਾ ਉੱਪਰ ਰਹਿ ਗਿਆ ਉਹਨੂੰ ਇੱਕ ਤਰੀਕੇ ਦੇ ਨਾਲ ਵਿਛਾ ਦੇਣਾ ਸਿਰ ਦੇ ਉੱਪਰ ਜਿਸ ਤਰ੍ਹਾਂ ਵੀਰ ਨੇ ਵਿਛਾਇਆ। ਉਸ ਤੋਂ ਬਾਅਦ ਉਹਨੂੰ ਖਿੱਚ ਦੇਣਾ,
ਅਤੇ ਸਾਈਡਾਂ ਤੋਂ ਅੰਦਰ ਜਿਹੜਾ ਕੱਪੜਾ ਰਹਿ ਗਿਆ ਉਹਨੂੰ ਅੰਦਰ ਕਰ ਦੇਣਾ ਚੰਗੀ ਤਰ੍ਹਾਂ ਸਫਾਈ ਦੇ ਨਾਲ। ਉਹ ਜੋ ਲਾੜਾ ਉਹਨੂੰ ਅੰਦਰ ਨੂੰ ਸਾਈਡਾਂ ਦੇ ਵਿੱਚ ਚੰਗੀ ਤਰ੍ਹਾਂ ਦੇ ਦੇਣਾ ਬਾਜ ਦੀ ਸਹਾਇਤਾ ਦੇ ਨਾਲ। ਜੇਕਰ ਆਪ ਜੀ ਦਾ ਲਾਸਟ ਲਾੜਾ ਉਹ ਢਿੱਲਾ ਰਹਿ ਜਾਂਦਾ ਤਾਂ ਆਪ ਜੀ ਉੱਪਰ ਪੱਗ ਪੈਨ ਦੀ ਵਰਤੋਂ ਹੈ ਜੋ ਕਰ ਸਕਦੇ ਹੋ। ਇਸ ਤਰ੍ਹਾਂ ਆਪ ਜੀ ਨੇ ਜੋ ਸਿਹਰਾ ਉਹ ਢੱਕ ਦੇਣਾ। ਬਾਜ ਦੀ ਸਜ਼ਾ ਨਾਲ ਸਫਾਈ ਕਰ ਲੈਣੀ ਆ। ਇਸ ਪੱਗ ਦੀ ਇੱਕ ਹੋਰ ਖਾਸੀਅਤ ਹੈ ਜੀ, ਕਈ ਵੀਰਾਂ ਤੋਂ ਜਿਹੜੇ ਲੜ ਨੇ ਉਹ ਤਿੱਖੇ ਜਾਂ ਆਪ ਜੀ 3D ਲੜ ਵੀ ਕਹਿ ਦਿੰਦੇ ਹੋ ਉਹ ਨਹੀਂ ਹੁੰਦੇ, ਤਾਂ ਇਸ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਜਿਹੜੇ ਲੜ ਨੇ ਉਹ 3D ਕਿਸ ਤਰ੍ਹਾਂ ਬਣਾਏ ਜਾ ਰਹੇ ਨੇ। ਜਿਸ ਤਰ੍ਹਾਂ ਵੀਰ ਉਂਗਲੀ ਅਤੇ ਅੰਗੂਠੇ ਦੀ ਸਹਾਇਤਾ ਨਾਲ ਪੇਚਾਂ ਨੂੰ ਘੁੱਟ ਰਿਹਾ ਅਤੇ ਘੁੱਟ ਕੇ ਉਹ ਜਿਹੜੇ ਲੜ ਨੇ 3D ਲੜ ਆਪ ਜੀ ਦੇ ਜਿਹੜੇ ਬਣ ਜਾਂਦੇ ਨੇ। ਇਹ 3D ਲੜ ਬਣਾਉਣ ਦਾ ਸਭ ਤੋਂ ਸੌਖਾ ਤਰੀਕਾ ਹੈ ਜੀ। ਕਈ ਵੀਰ ਬਾਜ ਦੀ ਸਹਾਇਤਾ ਨਾਲ ਵੀ 3D ਲੜ ਬਣਾ ਲੈਂਦੇ ਨੇ ਅਤੇ ਇਹ ਆ ਜੋ ਇਹ ਤਰੀਕਾ ਬਹੁਤ ਸਿੰਪਲ ਹੈ ਜੀ। ਅਤੇ ਇਸ ਤਰ੍ਹਾਂ ਜੋ ਆਪ ਜੀ ਦੇ 3D ਲੜ ਨੇ ਉਹ ਬਣ ਜਾਂਦੇ ਨੇ। ਬਾਕੀ ਵੀਰੇ ਚੈਨਲ ਨੂੰ ਸਬਸਕ੍ਰਾਈਬ, ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ। ਹੋਰ ਜੇ ਆਪ ਜੀ ਬਹੁਤ ਛੇਤੀ ਵਿਊ ਕਰੋਗੇ, ਸ਼ੇਅਰ ਕਰੋਗੇ, ਕਮੈਂਟ ਕਰੋਗੇ, ਲਾਈਕ ਕਰੋਗੇ ਤਾਂ ਜਿਹੜੀ ਨਵੀਂ ਵੀਡੀਓ ਆ ਉਹ ਛੇਤੀ ਲੈ ਕੇ ਹਾਜ਼ਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੂਟਿਊਬ ਚੈਨਲ ਦੇਖ ਰਹੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ। ਬਹੁਤ ਵੀਰਾਂ ਦੀ ਡਿਮਾਂਡ 'ਤੇ ਅੰਮ੍ਰਿਤਸਰ ਸ਼ਾਹੀ ਪੱਗ ਦੀ ਵੀਡੀਓ ਹੈ ਜੋ ਇਹ ਲੈ ਕੇ ਆਏ ਹਾਂ। ਆਪ ਜੀ ਨੇ